ਇਹ ਸਾਹਮਣੇ ਆ ਯੂਕੇ ਦੇ ਵਿੱਚ ਇਲੈਕਸ਼ਨ ਹੋ ਰਿਹਾ 4 ਜੁਲਾਈ ਨੂੰ। ਦੇਖੋ ਨਾ ਇੱਥੇ ਡੋਲ ਡਮੱਕੇ, ਨਾ ਇੱਥੇ ਮਠਿਆਈਆਂ ਅਤੇ ਨਾ ਕੈਂਪ। ਜਿਹੜਾ ਬੰਦਾ ਆਉਂਦਾ ਆਪਣੀ ਮਰਜ਼ੀ ਨਾਲ ਵੋਟ ਪਾ ਕੇ ਜਾਂਦਾ ਪਿਆ, ਨਾ ਕੋਈ ਰਸ਼ ਅਤੇ ਨਾ ਕੋਈ ਲਾਈਨ। ਇਹਨ ਕਹਿੰਦੇ ਨੇ ਇਲੈਕਸ਼ਨ, ਔਰ ਸੇਮ ਡੇ ਹੀ ਇਹਦਾ ਰਿਜ਼ਲਟ ਆ ਜਾਏਗਾ। ਔਰ ਵੇਖੋ ਕਿ ਇਹ ਇੱਕ ਪੋਲਿੰਗ ਸਟੇਸ਼ਨ ਹੈ, ਇਹਦੇ ਬਾਹਰ ਕੋਈ ਬੰਦਾ ਤੁਹਾਨੂੰ ਨਜ਼ਰ ਨਹੀਂ ਆਏਗਾ। ਇੱਕ ਇੱਕ ਕਰਕੇ ਆਏਗਾ, ਆਪਣਾ ਵੋਟ ਪਾਉਂਦਾ ਜਾਏਗਾ ਅਤੇ ਜਾਂਦਾ ਜਾਏਗਾ। ਇਹ ਜੇ ਇਲੈਕਸ਼ਨ ਯੂਕੇ ਦੇ ਵਿੱਚ ਅੱਜ ਇਲੈਕਸ਼ਨ ਹੋ ਰਹੇ ਨੇ, ਔਰ ਇਹ ਸਾਹਮਣੇ ਪੋਲਿੰਗ ਸਟੇਸ਼ਨ ਹੈ। ਨਾ ਕੋਈ ਟੈਂਟ, ਨਾ ਕੋਈ ਡੋਲ, ਨਾ ਡਮੱਕਾ, ਨਾ ਮਠਿਆਈ, ਨਾ ਕੋਚ, ਨਾ ਬੈਨਰ, ਨਾ ਕੋਈ ਚੀਜ਼ ਨਹੀਂ। ਸਿਰਫ ਸਾਹਮਣੇ ਪੋਲਿੰਗ ਸਟੇਸ਼ਨ ਹੈ, ਪਿਆਰ ਮੁਹੱਬਤ ਨਾਲ ਆਓ ਅਤੇ ਆਪਣਾ ਵੋਟ ਪਾਓ ਅਤੇ ਆਪਣੇ ਘਰਾਂ ਜਾਓ। ਇਹ ਜੇ ਇਲੈਕਸ਼ਨ ਅਤੇ ਔਰ ਇਨਸ਼ਾਅੱਲਾ ਇਹਦਾ ਅੱਜ ਹੀ ਰਿਜ਼ਲਟ ਵੀ ਆ ਜਾਏਗਾ, ਜਿਹੜੀ ਪਾਰਟੀ ਵੀ ਵਿਨ ਕਰੇਗੀ ਸ਼ਾਮ ਤੱਕ ਪਤਾ ਲੱਗ ਜਾਏਗਾ। ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਾਂ ਯੂਕੇ ਦਾ ਪੋਲਿੰਗ ਸਟੇਸ਼ਨ। ਇਹ ਤੁਹਾਨੂੰ ਨਜ਼ਰ ਮੈਂ ਜ਼ੂਮ ਕਰਕੇ ਦਿਖਾ ਰਿਹਾ, ਜ਼ਰਾ ਦੇਖਣਾ।